ਗੁੱਡ ਇਵਨਿੰਗ ਦੋਸਤੋ ਮੈਂ ਤਰਨ ਰਾਸ਼ਪੂਤ ਤੁਹਾਡਾ ਵੈਲਕਮ ਕਰਦਾ ਤੁਹਾਡੇ ਆਪਦੇ ਆਪਣੀ ਚੈਨਲ ਵਿੱਚ ਸੋ ਗਾਇਸ ਇੱਥੇ ਮੈਂ ਗੱਲ ਕਰਨ ਜਾ ਰਿਹਾ ਹੁਣੀ ਹੁਣੀ ਇੱਕ ਮੀ ਟੀਜ਼ਰ ਰਿਲੀਜ਼ ਕੀਤਾ ਗਿਆ ਇੱਕ ਘੰਟਾ ਪਹਿਲਾਂ ਜਿਹਦਾ ਨਾਮ ਹੈ ਜੀ ਜੱਟ ਨੂੰ ਚੜੇ ਟੱਕਰੀ ਜੋ ਕਿ ਐ ਸਪੀਡ ਰਿਕਾਰਡਸ ਵੱਲੋਂ ਸੋ ਦੋਸਤੋ ਗਿੱਪੀ ਗਰੇਵਾਲ ਦੀ ਇਹ ਇੱਕ ਹੋਰ ਕਾਮੇਡੀ ਡਰਾਮਾ ਹਾਰਰ ਟੱਚ ਮੂਵੀ ਆਈ ਹੈ ਸੋ ਪੰਜਾਬੀ ਇੰਡਸਟਰੀ ਦੋਸਤੋ ਇਦਾਂ ਦੇ ਮੁਕਾਮ ਤੇ ਪਹੁੰਚ ਚੁੱਕੀ ਆ ਕਿ ਜਿੱਥੇ ਇੱਕ ਕਾਮੇਡੀ ਐਕਸ਼ਨ ਡਰਾਮਾ ਹਾਰਰ ਟੱਚ ਜੋ ਕਿ ਸਾਰੀਆਂ ਤਰ੍ਹਾਂ ਦੀਆਂ ਫਿਲਮਾਂ ਦੇ ਵਿੱਚ ਇਹ ਆਪਣਾ ਸਿੱਕਾ ਜਮਾਰੇ ਨੇ ਸੋ ਇਸ ਤੋਂ ਪਹਿਲਾਂ ਵੀ ਦੋਸਤੋ ਕਈ ਆਪਾਂ ਹਾਰਰ ਮੂਵੀਆਂ ਦੇਖ ਚੁੱਕੇ ਪੰਜਾਬੀਆਂ ਬਟ ਇਹ ਕਿਹੋ ਜੀ ਪੰਜਾਬੀ ਮੂਵੀ ਆ ਸੋ ਉਹਦਾ ਮੈਂ ਟੀਜ਼ਰ ਦੇਖਿਆ ਤੇ ਉਹਦਾ ਹੀ ਮੈਂ ਰਿਵਿਊ ਕਰਨ ਵਾਲਾ ਕਿ ਮੈਨੂੰ ਕਿਹੋ ਜਿਹਾ ਲੱਗਾ ਸੋ ਜਿਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਜੀ ਪੰਜਾਬੀ ਸੁਪਰਸਟਾਰ ਸਾਡੇ ਗਿੱਪੀ ਗਰੇਵਾਲ ਸਰਗੁਣ ਮਹਿਤਾ ਰੂਪੀ ਗੈਲ ਤੇ ਜਾਨੀ ਅਰਵਿੰਦ ਖੇਰਾ ਸ ਇਹਦੇ ਬਾਅਦ ਜੀ ਆਪਾਂ ਬਾਕੀ ਹੋਰ ਕਾਸਟ ਦੀ ਗੱਲ ਕਰੀਏ ਬਾਕੀ ਤੁਹਾਨੂੰ ਪਤਾ ਇਹਦੇ ਵਿੱਚ ਆਪਾਂ ਨੂੰ ਬੀ ਐਨ ਸ਼ਰਮਾ ਦੇਖਣ ਨੂੰ ਮਿਲਦੇ ਆ ਨਿਰਮਲ ਰਿਸ਼ੀ ਅੰਮ੍ਰਿਤ ਦਿਦਾਰ ਗਿੱਲ ਮੰਨਤ ਕੌਰ ਹਰਮਤ ਵਾਲੀਆ ਸੋ ਡਾਇਰੈਕਟ ਕੀਤਾ ਜੀ ਇਹਨੂੰ ਵਿਕਾਸ ਵਸ਼ਿਸ਼ਟ ਨੇ ਸੋ ਤੁਹਾਨੂੰ ਪਤਾ ਕਿ ਵਿਕਾਸ ਵਸ਼ਿਸ਼ਟ ਬੜੀ ਹੀ ਫਿਲਮਾਂ ਡਾਇਰੈਕਟ ਕਰਦੇ ਨੇ ਸੋ ਇੱਥੇ ਦੋਸਤੋ ਜੇ ਗੱਲ ਕਰੀਏ ਕਿ ਇਸ ਮੂਵੀ ਦਾ ਟ੍ਰੇਲਰ ਕਦੋਂ ਆਊਗਾ ਤੇ ਟੀਜ਼ਰ ਕੀ ਸਾਨੂੰ ਹਸਾਉਣ ਵਿੱਚ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਸੋ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰਗੁਣ ਮਹਿਤਾ ਤੇ ਗਿੱਪੀ ਕਰਵਾਉਣ ਉਪਾ ਪਹਿਲਾਂ ਵੀ ਕਈ ਸਾਰੀ ਮੂਵੀ ਵਿੱਚ ਦੇਖ ਚੁੱਕੇ ਆ ਸੋ ਇਹਦੇ ਵਿੱਚ ਟੀਜ਼ਰ ਦੇ ਵਿੱਚ ਦੋਸਤੋ ਇੱਕ ਟਾਈਟਲ ਬਹੁਤ ਸੋਹਣਾ ਆ ਜੱਟ ਨੂੰ ਚੜੇਲ ਟੱਕਰੀ ਸੀਨੇ ਨਾਲ ਘੁੱਟ ਕੇ ਜੱਟ ਨੇ ਲਾ ਲਈ ਸੋ ਇੰਦਾ ਦਾ ਇੱਕ ਸੌਂ ਗਿਆ ਸੌਂ ਗਿਆ ਜੋ ਸੋਹਣਾ ਲੱਗਦਾ ਆ ਬਟ ਜੋ ਮੈਨੂੰ ਹਨਾ ਇਹਦੀ ਜੋ ਹਾਰਰ ਵਿੱਚ ਸਰਗੁਣ ਮਹਿਤਾ ਕੰਮ ਕਰ ਰਹੀ ਆ ਹਵਾ ਬਾਈ ਛੋੜਨਾ ਜੋ ਵੀ ਐਫ ਐਕਸ ਦਿਖਾ ਲਿਆ ਉਹ ਬਹੁਤ ਆਰਟੀਫੀਸ਼ੀਅਲ ਜਿਹਾ ਲੱਗਦਾ ਆ ਦੇਖਣ ਨੂੰ ਆ ਪਤ ਲੱਗਦਾ ਕਿ ਸਭ ਨਕਲੀ ਆ ਜਾਂ ਉਹ ਥੋੜਾ ਜਿਹਾ ਮਨੂ ਖਲਿਆ ਥੋੜਾ ਜਿਹਾ ਡਗਮਗਾਈ ਆ ਗਿਆ ਨਕਲੀ ਪੰਜੇ ਲੱਗਾ ਬਾਕੀ ਓਵਰਲ ਆਫ ਇਹ ਮੂਵੀ ਤੁਹਾਨੂੰ ਬਿਲਕੁਲ ਹਸਾਉਗੀ ਸੋ ਫਨ ਕਰੂਗੇ ਕਿਉਂਕਿ ਇਹ ਤੋਂ ਪਹਿਲਾਂ ਵੀ ਦਰਦੀ ਗਿੱਪੀ ਕਰਵਾਲ ਦੀ ਇੱਕ ਮੂਵੀ ਆਈ ਸੀ ਜਿਹਦੇ ਵਿੱਚ ਕਾਫੀ ਬੜੀ-ਬੱਡੀ ਸਟਾਰ ਕਾਸਟ ਸੀਗੀ ਜੇ ਜਿਹਦਾ ਨਾਮ ਸੀ ਮਰ ਗਏ ਲੋਕੋ ਜਿਹਦੇ ਵਿੱਚ سپਿੰਦਰ ਭੱਲਾ ਗੁਰਪ੍ਰੀਤ ਕੁੱਗੀ ਬਿੰਨੂ ਢਿੱਲੋ ਗਿੱਪੀ ਕਰਵਾਲ ਸਾਰੀ ਤਰ੍ਹਾਂ ਦੀ ਸਟਾਰ ਕਾਸਟ ਉਹੀ ਕੈਰੀ on ਜੱਟਾ ਵਾਲੀ ਸਾਰ ਸਟਾਰ ਕਾਸਟ ਸੀ ਜੋ ਕਿ ਫਿਲਮ ਉਹ ਨਾ ਚੱਲ ਪਾਈ ਬਟ ਦੋਸਤੋ ਇੱਥੇ ਗੱਲ ਕਰਦੇ ਆ ਮਰ ਗਏ ਲੋਕੋ ਇਹ ਆ ਤੋਂ ਬਾਅਦ ਆ ਜੱਟ ਨੂੰ ਚੜੀ ਟੱਕਰੀ ਕੀ ਵਧੀਆ ਸਾਬਿਤ ਹੋਊਗੀ ਕਿ ਨਹੀਂ ਹੋਊਗੀ ਮੈਂ ਤਾਂ ਇਹੀ ਆਸ ਕਰਦਾ ਆ ਕਿ ਜਿੱਦਾਂ ਗਿੱਪੀ ਗਰਵਾਲ ਦੀ 2 ਫਰਵਰੀ ਨੂੰ ਆ ਰਹੀ ਆ ਵਾਰਨਿੰਗ ਇੱਕ ਸੀਰੀਅਸ ਰੋਲ ਦੇ ਵਿੱਚ ਕੈਂਟ ਮੂਵੀ ਵਾਰਨਿੰਗ 2 ਆ ਰਹੀ ਆ ਸੋ ਉਸ ਤੋਂ ਬਾਅਦ ਇਹ ਮੂਵੀ ਦੇਖਣ ਲਈ ਪਲੀਜ਼ ਤੁਸੀਂ ਐਕਸਾਈਟਡ ਰਹੋ ਬਾਕੀ ਟ੍ਰੇਲਰ ਬਹੁਤ ਜਲਦੀ ਇਹ ਤੁਹਾਡੇ ਵਿਚਕਾਰ ਆਊਗਾ ਸੋ ਮੈਂ ਇਹਨੂੰ ਦੇਣਾ ਚਾਹੁੰਦਾ ਆ ਜੀ 5 ਵਿੱਚੋਂ 3.5 ਸਟਾਰ ਬਾਕੀ ਟੀਜ਼ਰ ਓਕੇ ਆ ਵਧੀਆ ਆ ਬਸ ਜੋ ਵੀ ਐਫਐਕਸ ਆ ਉਹ ਮੈਨੂੰ ਥੋੜਾ ਜਿਹਾ ਡਾਊਨ ਜਿਹਾ ਲੱਗਾ ਉੱਤੇ ਥੋੜਾ ਹੋਰ ਵਧੀਆ ਕੰਮ ਕੀਤਾ ਜਾ ਸਕਦਾ ਸੀ ਬਾਕੀ ਦੋਸਤੋ ਤੁਹਾਡਾ ਕੀ ਟੇਕਿਆ ਤੁਸੀਂ ਪਲੀਜ਼ ਕਮੈਂਟ ਚਾ ਦੱਸਿਓ ਸੋ ਮੇਰੇ ਨਾਲ ਬਣ ਰਹਿਣ ਲਈ ਥੈਂਕ ਯੂ ਸੋ ਟਿਲ ਦੈ ਬਾਈ ਬਾਈ